असलामुअलैकुम, वेलकम टू माय नवा निकोर ब्लॉग। ते और सुनाओ, ठीक ठाक हो? ते मैं शेल्टर कैसा लग रहा है? दसो भाई यार, शेल्टर नु तुसी दफा करो, तुसी दसो आज दा ब्लॉग जेड़ा जावन जा रहा है, थंबनेल तुहानू कैसा लग गया? ते आज दा ब्लॉग बहुत ज्यादा मजेदार होने वाला है। पूछो क्यों? क्योंकि आज ब्लॉग में मैं बहुत ज्यादा चीजा विखाने जा रहा है। सब तो पहले मैं आया अलियादर के घर। ते अलियादर ते यार कबूतर बड़े दे होंगे, नहीं देखी इतने प्यारे यार चुरा के कबूतर आज यार। पहले वो जिवें कि तुसी देख सकदे हो, इस टाइम मैं जेड़ा ना मौजूद हां अलियादर खान बलोच दी छत ते। ते ए पंछी लवर्स ये चेक कर सकदे हो, इहदी कबूतर यार केडे प्यारे हैं। अलियादर होर तू सुना यार, आज क्यों यार कबड़े कबड़े आज बैठा है? यार तेरे जेड़े ना पेपर चल रहे, मैनू सारी गल का पता है, ते तेरा पढ़न जरा दिल नहीं करता। ते चूचा तू सुना, ओ तो सलाम प्यादा, तुसी अखवाल है कदम सलाम कमेंट करना सही चुगा लांदा पे। अलियादर ये की यार है, पत्ती वाला खुराक तू इन दे रहे हैं यार, ये कोई नवी निकली है? ਇਹਦਾ ਬ੍ਰੇਕਫਾਸਟ ਹੈ ਤੇ ਇਹਦਾ ਲੰਚ ਮੋੜ ਕਿਹੜਾ ਹੁੰਦਾ? ਉਹ ਤੀਰੀ ਖੈਰ, ਇਹ ਮਤਲਬ ਗਰੋ ਹੋ ਜਾਂਦੀ ਰੋਟ, ਮਤਲਬ ਚੂਚਾ ਜਿਹੜਾ ਹੈ ਵੱਡਾ। ਤੀਰੀ ਖੈਰ ਹੋਵੇ, ਤੂੰ ਤਾਲੀ ਕਦੀ ਨਹੀਂ ਹੋਇਆ ਤੂੰ ਖਾ। ਇਹਦਾ ਖੁੱਡਾ ਚੈੱਕ ਕਰੀਏ, ਕਦਾ ਸਾਫ ਵੀ ਕਰ ਲਿਆ ਗਾ। ਉਹ ਅਲੀਦਰ ਇਹਦੇ ਦੇਖ ਸਾਰੇ ਬੱਚਿਆਂ ਨੇ ਯਾਰ, ਐਡੇ ਹੈਂਡਸਮ ਜੇ ਕਬੂਤਰਾਂ ਦੇ, ਤੇ ਉਹ ਕਿਤੇ ਗਏ? ਬਿਮਾਰੀ ਲੱਗ ਗਈ ਯਾਰ, ਵੇਖ ਨਾ ਅਲੀ ਇਹ ਤਾਂ ਚੂਚੇ, ਉਹ ਕੀ ਨਾ ਉਹਨੂੰ ਆ ਦਿੰਦੇ ਯਾਰ ਤਿਮੜਕੇ ਜੇ ਲੈ ਕੇ ਅੰਦਰ ਜਾਂਦੇ ਪਰ ਕਬੂਤਰ। ਇਹ ਤਾਂ ਯਾਰ ਚਸ ਬਣਾ ਸੀ ਅੰਡੇ ਕਾੜ ਲਏ, ਤੇ ਇਹ ਤਾਂ ਖੂਬਸੂਰਤ ਕਬੂਤਰਾਂ ਦੇ ਬੱਚੇ ਜਿਹੜੇ। ਤੁਸੀਂ ਕਮੈਂਟ ਕਰਨਾ, ਜਿਸ ਕਮੈਂਟ 'ਤੇ 0 ਲਾਈਕ ਆਇਆ ਉਹਨੂੰ ਅਸੀਂ ਇੱਕ ਕਬੂਤਰਾਂ ਦਾ ਬੱਚਾ ਦੇਵਾਂਗੇ। ਕਿਉਂ ਅਲੀ ਯਾਦਾਂ ਦੇਵਾਂਗੇ ਕਿ ਨਹੀਂ ਦੇਵਾਂਗੇ? ਯਾਰ ਚੁੱਪ ਕਰ, ਮੈਂ ਆਪੇ ਲਾਈਕ ਕਰਦਾ ਸੰਬੰਧਿਤ ਬੱਚਾ ਵਾਂ। ਦੇਵਾਂਗੇ ਦੇਵਾਂਗੇ ਯਾਰ, ਇਹ ਚੈੱਕ ਕਰੋ ਗਾਈਸ, ਇਹ ਵੇਖੋ ਵਾਹ ਕਿੱਡੇ ਕਬੂਤਰ ਯਾਰ ਪਿਆਰੇ ਸ਼ਰਾਜ਼ੀ ਹਨ। ਅਲੀ ਹੈਦਰ ਦੀ ਅੱਖ ਨੂੰ ਕੀ ਹੋਇਆ ਪਰਲੇ ਦੀ ਨੂੰ? ਹੈਂ ਬਿਮਾਰੀ ਪਈ ਗਾਈਸ, ਆਪਣੇ ਕਬੂਤਰ ਬਚਾ ਲਓ। ਉਹ ਵੇਖੋ ਨਾ ਹੁਣ ਸਾਡੇ ਰੈੱਡ ਟੇਲ ਇੰਨਾ ਕੀਮਤੀ, ਉਹਦੀ ਅੱਖ ਹੀ ਜ਼ਾਇਆ ਹੋ ਗਈ। ਉਹ ਵੇਖੋ ਨਾ ਹੁਣ ਸੈੱਟ ਪਹਿਲੇ ਜਿਹੜਾ ਨਾ ਅਲੀ ਹੈਦਰ ਪਿਆ ਦਾ ਖਰਾਬ ਹੋ ਗਏ, ਉਹ ਬਲੈਕ ਟੇਲ ਵੀ ਹੈ ਯਾਰ ਇਹਦੀ। ਯਾਰ ਜਿਹੜਾ ਪੂਛਲ ਤੂੰ ਕੱਟੀ, ਮੈਨੂੰ ਬੜਾ ਗਮ ਇਸ ਗੱਲ ਦਾ, ਕਿਉਂ ਕੱਟੀ ਹੈ ਯਾਰ ਇਹਦੀ ਪੂਛਲ? ਅੱਛਾ ਬੋਦਾ ਫੈਸ਼ਨ ਕੀਤਾ ਜੀ ਯਾਰ ਵਾਲੀ ਯਾਦ ਤਾਂ ਬੰਦਾ ਨਾ ਹੋ ਗਿਆ, ਤੂੰ ਤਾਂ ਨਾ ਹੀ ਹੈ। ਇਹ ਕਬੂਤਰਾਂ ਦੀ ਕਟਿੰਗ ਕਰਦਾ ਗਾ, ਚੈੱਕ ਕਰੋ ਹੁਣ ਜਿਹੜਾ ਟਾਫੀ ਵਾਲੀ ਯਾਦਰ ਕੋਲ ਲੈ ਰਹੀ ਰਿਸ਼ਵਤ, ਅਤੇ ਹੁਣ ਮੈਂ ਜਿਹੜਾ ਨਾ ਯਾਰ ਵਾਲੀ ਯਾਦਰ ਤਾਂ ਬਸ ਨਜ਼ਰ ਲੱਗ ਗਿਆ ਸੀ, ਮੈਂ ਕਿਹਾ ਨਹੀਂ ਨਜ਼ਰ ਲੱਗੀ। ਅਤੇ ਇਹ ਚੈੱਕ ਕਰੋ ਹੁਣ ਇਹਨਾਂ ਨੂੰ ਜਿਹੜਾ ਨਾ ਅਸੀਂ ਡੱਕ ਰਹੇ ਹਾਂ ਕਬੂਤਰੋਂ, ਅੱਲਾ ਹਾਫਿਜ਼। ਕਿ ਯਾਰ ਤੁਹਾਨੂੰ ਨਹੀਂ ਪਿਆਦਾ, ਤੁਹਾਡੇ ਵਾਸਤੇ ਤਾਂ ਅਜੇ ਬਹੁਤ ਇੰਤਹਾਈ ਮਜ਼ੇਦਾਰ ਚੀਜ਼ਾਂ। ਓਹ ਚੂਚੂ ਚੂਚੂ ਗਿਆ ਨੇ ਚੂਚੂ, ਉਹ ਤੀਰੀ ਯਾਰ ਅਲੀਦਰ ਤਾਂ ਜੰਪ ਖੇਡਾ ਯਾਰ, ਮੈਨੂੰ ਲੱਗਦਾ ਚੂਚੇ ਵਾਲੀ ਖੁਰਾਕ ਆਪਣੇ ਵਾਸਤੇ ਵੀ ਸ਼ੁਰੂ ਕਰ ਦੇ, ਤੂੰ ਵੀ ਚੁਸਤੇਲਾ ਬੱਚਾ ਹੋ ਜਾ। ਚੈੱਕ ਕਰੋ ਜਮਾਂਜੀ ਗਾਈਸ, ਇਹ ਜਿਹੜਾ ਨਾ ਇਹ ਸੋਲਰ ਹੈ, ਅਲੀਦਰ ਸਾਰਾ ਦਿਨ ਪੱਖੇ ਥੱਲੇ ਬੈਠਾ ਰਹਿੰਦਾ, ਅਤੇ ਸ਼ਾਮੀ ਜਿਹੜਾ ਹੈ ਨਾ ਮੁੜ ਆ ਜਾਂਦਾ ਮੂੰਹ ਛਾ ਕੇ, ਅਤੇ ਮੁੜ ਜਿਹੜਾ ਨਾ ਅੱਧ ਅਸੀਂ ਰੋਜ਼ ਆ ਜਾ ਖੇਡੀਏ। ਚਲੋ ਆਓ, ਤੁਹਾਨੂੰ ਕੀ ਯਾਰ ਮੈਂ ਗੱਲਾਂ ਦੱਸਣੀ ਸ਼ੁਰੂ ਕਰ ਦਿੰਦਾ, ਤੁਹਾਨੂੰ ਤਾਂ ਮੈਂ ਸ਼ੂਗਰ ਵਿਖਾਉਣਾ, ਤੁਹਾਨੂੰ ਤਾਂ ਮੈਂ ਜਾਨਵਰ ਵਿਖਾਉਣਾ। ਹੈ ਕੌਣ ਸ਼ਰਾਜ਼ੀ? ਸਹੀ ਹੈ ਸਹੀ ਆ, ਇਹ ਅੰਡੇ ਲਾ ਸਿੰਨ। ਅਤੇ ਬਾਈ ਜੀ ਜਿਹੜੇ ਕਮੈਂਟ 0 ਲਾਈਕ ਹੋਏ ਨਾ, ਮੈਂ ਬੱਚਾ ਸ਼ਾਕ ਉਹਨੂੰ ਦੇ ਦੇਣੀ, ਮੈਂ ਤੈਨੂੰ ਦੱਸ ਦੇਵਾਂ ਗਾਈ, ਮੈਂ ਤੁਹਾਡੇ ਨਾਲ ਸ਼ੁਕਰ ਲੱਗਾ। ਹਾਂ ਮੈਂ ਤੈਨੂੰ ਦੱਸ ਦੇਵਾਂ ਯਾਰ, ਇਹ ਬੜਾ ਖਤਰਨਾਕ। ਚਲੋ ਆਓ ਯਾਰ, ਹੁਣ ਮੈਂ ਅਲੀਦਰ ਦੇ ਘਰ ਦੇ ਬਾਹਰ ਆ ਚੁੱਕਾ, ਜਿਵੇਂ ਤੁਸੀਂ ਵੇਖ ਸਕਦੇ ਹੋ। ਬਾਬੇ ਦੀ ਰਾਈਡ ਚੈੱਕ ਕਰੋ ਯਾਰ, ਖੋਤਾ ਰਾਈਡ, ਇਹ ਗਾਏ ਹਮਾਰੇ ਪਿੰਡ ਦੀ ਮਤਲਬ ਫਰਾਰੀ ਹੈ, ਉਹ ਤੁਸੀਂ ਚੈੱਕ ਕਰ ਸਕਦੇ ਹੋ ਯਾਰ। ਇੱਕ ਮਿੰਟ ਬਾਬਾ ਕਬੜੀ ਹੀ ਨਾ ਪਵੇ, ਇਹ ਚੈੱਕ ਕਰੋ ਗਾਈਸ, ਖੋਤਾ ਰਾਈਡ ਇਜ਼ ਬੈਸਟ ਰਾਈਡਿੰਗ ਆਫ ਪਾਕਿਸਤਾਨ ਇੰਡਸਟਰੀ ਇਜ਼ ਕਮ। ਵਾਹ ਬਾਈ ਵਾਹ ਵਾਹ ਯਾਰ, ਵਾਹ ਬਾਈ ਵਾਹ ਬਾਈ ਵਾਹ ਬਾਈ, ਅਖੀਰ ਰਾਈਡ ਯਾਰ ਜੀ। ਇਹ ਤਾਂ ਮੈਂ ਨਾ ਇੱਕ ਮਿੰਟ ਅਗਰ ਜਾ ਰਹੇ, ਅਤੇ ਉਹ ਬਾਬਾ ਜੀ ਸਾਨੂੰ ਯਾਰ ਬੜੀ ਆਵਾਜ਼ ਆਈ ਉਹਨਾਂ ਦੀ, ਅਤੇ ਨਾ ਜਾ ਕੇ ਉਹਨਾਂ ਨੂੰ ਦਿੰਦੇ ਖਰਾਚ। ਅਸਲਾਮ ਅਲੈਕਮ ਜੀ, ਹੋਰ ਸੁਣਾਓ ਠੀਕ? ਇੱਕ ਸਿੱਧਾ ਤਾਂ ਸੁਣਾ ਦਿਓ ਜੀ, ਕੋਈ ਵੀ ਜੀ। ਹਾਂਜੀ ਮੌਲਾ ਦਾ ਹੋਵੇ, ਬਿਲਕੁਲ ਬਿਲਕੁਲ ਜੀ ਬਿਲਕੁਲ। ਇਹਦਾ ਪਲ ਵਿੱਚ ਵਿਗੜੀ ਬਣੋ, ਇਹਦਾ ਪਲ ਵਿੱਚ ਵਿਗੜੀ ਬਣੋ, ਅਲਮ ਸਰਕਾਰ ਦਾ, ਅਲਮ ਸਰਕਾਰ ਦਾ, ਅਲਮ ਸਰਕਾਰ ਦਾ, ਅਲਮ ਸਰਕਾਰ ਦਾ, ਅਲਮ ਸਰਕਾਰ।
ਇਹਦਾ ਪਲ ਵਿੱਚ ਵਿਗੜੀ ਬਣਾ ਇਹਦੇ ਸਾਰੇ ਥੱਲੇ ਮਿਲ ਜਾਂਦਾ ਚੈਨ ਇੱਥੇ ਮਿਲ ਪੈਂਦੇ ਮੌਲਾ ਅਲੀ ਤੇ ਹੁਸੈਨ ਅਲੀ ਤੇ ਹੁਸੈਨ ਨਾਲ ਲੈ ਕੇ ਦਿੰਦਾ ਦਾਰਾ ਤਾ ਦੁਆ ਅਲਮ ਸਰਕਾਰ ਦਾ ਅਲਮ ਸਰਕਾਰ ਦਾ ਸੋਲਰ ਕੀ ਤੂੰ ਲਵਾ ਲੈ ਚੌਵੀ ਟਾਈਮ ਜਿਹੜਾ ਸੁੱਤੇ ਰਹਿਣਾ ਤੂੰ ਉਹ ਫਕੀਰ ਸ਼ੋਦਾ ਇੱਥੇ ਆਪਣਾ ਇੱਥੇ ਬੋਲਦਾ ਰਿਹਾ ਤੇ ਤੂੰ ਜਨਾਬ ਉਹਦੀ ਸੁੱਤੀ ਇੱਥੇ ਆ ਗਿਆ ਹੁਣ ਤੁਹਾਨੂੰ ਹੋਰ ਮਜ਼ੇਦਾਰ ਮਜ਼ੇਦਾਰ ਚੀਜ਼ਾਂ ਵਿਖਾਵਾਂਗੇ ਅਤੇ ਜਿਹੜੀਆਂ ਮੈਨੂਕਸ ਹਨ ਉਹ ਮੈਂ ਤੁਹਾਨੂੰ ਲਾਜ਼ਮੀ ਵਿਖਾਵਾਂ ਅਤੇ ਬਹੁਤ ਜ਼ਿਆਦਾ ਮਜ਼ੇਦਾਰ ਚੀਜ਼ਾਂ ਅਤੇ ਜਲਦੀ ਜਲਦੀ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਆ ਜਾਓ ਮੁੜ ਤੁਹਾਨੂੰ ਕੋਈ ਹੋਰ ਮਜ਼ੇਦਾਰ ਚੀਜ਼ਾਂ ਨੂੰ ਲੱਭਦੇ ਹੈ ਅਤੇ ਉਹ ਮੁੜ ਗਾਈਜ਼ ਨਾਲ ਸ਼ੇਅਰ ਮੇਰੇ ਨਾਲ ਸੋਰੀ ਕਬੂਲ ਕਰੋ ਪਤਾ ਕਿਹੜੀ ਗੱਲ ਤੂੰ ਕਿਉਂਕਿ ਮੈਂ ਜਿਹੜਾ ਸਦਿਆਣੇ ਲੱਗ ਗਏ ਯਾਰ ਉਹਦੇ ਵੀ ਲੋਕ ਮਾਣ ਸਕਦੇ ਪਰ ਜਿਹੜਾ ਨਾ ਅਸੀਂ ਜ਼ਿਆਦਾ ਬੰਦੇ ਮਤਲਬ ਉਹ ਕੈਮਰੇ ਦੀ ਰੈਸਟੋਰੈਂਟ ਉਹ ਸਕੂਟ ਬਾਈਕ ਵੀ ਮੈਂ ਚਲਾਉਂਦਾ ਤੁਹਾਨੂੰ ਪਤਾ ਯਾਰ ਇਸ ਵਜ੍ਹਾ ਤੁਹਾਨੂੰ ਥੋੜ੍ਹਾ ਜਿਹਾ ਗੈਪ ਲਿਆ ਪਰ ਹੁਣ ਜਿਹੜਾ ਨਾ ਤੁਹਾਨੂੰ ਬਹੁਤ ਮਜ਼ੇ ਦੀ ਚੀਜ਼ਾਂ ਵਿਖਾਉਣ ਜਾ ਰਿਹਾ ਅਤੇ ਤੁਸੀਂ ਰੈਡੀ ਰਵਿਆ ਅਤੇ ਤੁਸੀਂ ਮਤਲਬ ਜਿਹੜਾ ਨਾ ਖੁਸ਼ ਰਹਿਣਾ ਕਿ ਵਿਖਿਆ ਤੁਹਾਨੂੰ ਮੈਂ ਕਿਹਾ ਸੀ ਕਿ ਅਸੀਂ ਮਜ਼ੇਦਾਰ ਚੀਜ਼ਾਂ ਵਿਖਾਉਂਦਾ ਉਹ ਆਪਣੀ ਫਲੈਟ ਲੈ ਕੇ ਤੁਰ ਪਿਆ ਉਹ ਚੈੱਕ ਕਰੋ ਉਹ ਬੱਕਰੀਆਂ ਵੀ ਹਨ ਇੱਥੇ ਆ ਕੁਝ ਪਿੱਛੋਂ ਆ ਜਿਹੜਾ ਨਾ ਮੁਸ਼ਰਫ ਖਾਨ ਬੱਕਰੀਆਂ ਬਾਜ਼ਾਰ ਹੈ ਬਾਈ ਤੂੰ ਉਸ ਜੌਂਡ ਦੇ ਨਾਲ ਜਾ ਅਤੇ ਡੋਗੀ ਜਿਹੜਾ ਨਾ ਅੱਜ ਜੌਂਡ ਦੇ ਨਾਲ ਲੈ ਗਿਆ ਅਤੇ ਉਹ ਜਿਹੜਾ ਹੈ ਨਾ ਸ਼ੈਂਤੀ ਲਾਲ ਵੀ ਉਹ ਖਲੋਤਾ ਹੈ ਸ਼ੈਂਤੀ ਲਾਲ ਆ ਜਿਹੜਾ ਨਾ ਸੁੱਕੇ ਪੱਠਿਆਂ ਦਾ ਹੀ ਕੰਮ ਚਲਾ ਰਿਹਾ ਚੈੱਕ ਕਰ ਸਕਦੇ ਹੋ ਅਤੇ ਇਹ ਵੇਖੋ ਡੋਗੀ ਵੀ ਖਲੋਤਾ ਡੋਗੀ ਡੋਨ ਅਤੇ ਹੁਣ ਜਿਹੜਾ ਨਾ ਸਾਰੀਆਂ ਸ਼ੇਰੂ ਕੱਢ ਲਿਆ ਬਾਹਰ ਅਤੇ ਹੁਣ ਅਸੀਂ ਮੈਂ ਥੋੜ੍ਹਾ ਜਿਹਾ ਜਾ ਰਿਹਾ ਕਣਕ ਦਾ ਜਾਇਜ਼ਾ ਲਵਣ ਅਤੇ ਇਹ ਵੇਖ ਲਓ ਮੈਂ ਬਿਲਕੁਲ ਫੁੱਲ ਫਾਰਮ ਵਿੱਚ ਹਾਂ ਅਤੇ ਤੁਸੀਂ ਮੇਰੇ ਨਾਲ ਰਹਿਣਾ ਅਤੇ ਵੀਡੀਓ ਵੇਖ ਪੂਰੀ ਵੇਖਣੀ ਵੀਡੀਓ ਬਹੁਤ ਮਜ਼ੇ ਜਿਹੜਾ ਆ ਗਏ ਅਸੀਂ ਬਾਹਰਲੀ ਸਾਈਡ 'ਤੇ ਮੇਰਾ ਦੋਸਤ ਮੇਰੇ ਨਾਲ ਹੈ ਯਾਰ ਸਲਾਮ ਦੁਆ ਕਰ ਲੈ ਯਾਰ ਕੋਈ ਨਹੀਂ ਤੈਨੂੰ ਹੁੰਦਾ ਯਾਰ ਕਣਕ ਦਾ ਬਹੁਤ ਬੁਰਾ ਹਾਲ ਹੈ ਯਾਰ ਬਹੁਤ ਮਾਯੂਸ ਹੋਇਆ ਯਾਰ ਇਹ ਚੈੱਕ ਕਰ ਸਕੋ ਕਣਕ ਦੀ ਜਿਹੜਾ ਇੰਝ ਕਿਤੇ ਫੱਟਾ ਨਹੀਂ ਫੇਰ ਦਿੱਤਾ ਉਹਨਾਂ ਦਾ ਯਾਰ ਚੈੱਕ ਕਰੋ ਅਗਲੇ ਦਿਨ ਨਾਵਾਂ ਵਗੈਰਾ ਆਇਆ ਅਤੇ ਉਹਦੀ ਵਜ੍ਹਾ ਤੁਹਾਨੂੰ ਬਹੁਤ ਖਤਰਨਾਕ ਜਿਹਾ ਹਾਲ ਹੈ ਅਤੇ ਤੁਸੀਂ ਚੈੱਕ ਕਰ ਸਕੋ ਗੰਦਮ ਜਿਹੜਾ ਨਾ ਕਿਸਾਨ ਵਾਸਤੇ ਇਸ ਬੈੜੀ ਗੱਲ ਹੋ ਹੀ ਕੋਈ ਨਹੀਂ ਸਕਦੀ ਅਤੇ ਇੱਥੇ ਯਾਰ ਬਹੁਤ ਮਤਲਬ ਇੱਥੇ ਆ ਕੇ ਅਖੀਰ ਹੀ ਹੈ ਇੱਥੇ ਅਤੇ ਅਗਾਂਹ ਜਾ ਕੇ ਅਸੀਂ ਆਪਣੀਆਂ ਕਣਕਾਂ ਚੈੱਕ ਕਰਦੇ ਹਾਂ ਉਹਨਾਂ ਦਾ ਤਾਂ ਨਹੀਂ ਕੋਈ ਨੁਕਸਾਨ ਹੈ ਅਤੇ ਹੋਰ ਬਾਕੀ ਬਚ ਗਈਆਂ ਕਿ ਨਹੀਂ ਇਹ ਪਹਿਲੀ ਜਿਹੜਾ ਨਾ ਜ਼ਮੀਨ ਵੇਖ ਕੇ ਅਸੀਂ ਤਾਂ ਦਾਂਗ ਰਹਿ ਗਏ ਤਾਂ ਕਿ ਸ਼ੁਰੂ ਅਸੀਂ ਕਰਦੇ ਤੱਕ ਪਾਰ ਕੇ ਹੁਣ ਤੁਹਾਨੂੰ ਵਿਖਾਉਣ ਲੱਗੇ ਅਸੀਂ ਆਪਣੀ ਕਣਕ ਵਿਖਾਉਣ ਤੋਂ ਪਹਿਲੇ ਤਾਂ ਮੂੰਹ ਵੇਖ ਲਓ ਯਾਰ ਕਿੱਡਾ ਸੋਹਣਾ ਅਤੇ ਆ ਜਾਓ ਆਪਾਂ ਵਿਖਾਉਂਦੇ ਹਾਂ ਤੁਹਾਨੂੰ ਆਪਣੀ ਕਣਕ ਅਤੇ ਇਹ ਫਿਲਹਾਲ ਆਪਾਂ ਕਰ ਲੈਂਦੇ ਹਾਂ ਗੱਡੀ ਪਾਰਕ ਓਏ ਇਹ ਤਾਂ ਕਾਫੀ ਅਗਾਂਹ ਆ ਗਿਆ ਯਾਰ ਗਾਈਜ਼ ਜਿਹੜਾ ਨਾ ਹੁਣ ਅਸੀਂ ਆਏ ਹਾਂ ਇੱਥੇ ਤਾਂ ਜਿਹੜਾ ਨਾ ਸਾਡੀ ਬਗੋਟੀ ਨਾਲ ਹੋ ਗਈ ਇਹ ਗੱਲ ਮਾੜੀ ਕਿਉਂਕਿ ਇਹ ਗਈ ਹੈ ਇੱਥੇ ਫਸ ਜਿਹੜੀ ਮੈਂ ਬੂਮ ਬੂਮ ਕਰਦਾ ਵੀ ਨਾ ਬਾਲਾਂ ਵਾਲੀਆਂ ਹਰਕਤਾਂ ਆਉਂਦੀਆਂ ਮਾੜੀਆਂ ਅਤੇ ਸਭ ਨਾਲ ਪਹਿਲੇ ਤੁਹਾਨੂੰ ਮੈਂ ਖਾਂਦਾ ਕਣਕ ਨੂੰ ਵੇਖ ਕੇ ਮੈਨੂੰ ਹੋਇਆ ਹੌਸਲਾ ਕਿਉਂਕਿ ਇਹ ਵਾਲੀ ਕਣਕ ਜਿਹੜੀ ਹੈ ਨਾ ਉਹ ਸਹੀ ਹੈ ਅਤੇ ਸਿੱਟਾ ਵੀ ਬੜਾ ਸੋਹਣਾ ਚਾਹਿਆ ਅਤੇ ਚੈੱਕ ਕਰੋ ਗਾਈਜ਼ ਲਾਈਫ ਪਰੂਫ ਕੇ ਸਾਥ ਬੜੀ ਬੜੀ ਕਣਕ ਚੈੱਕ ਕਰੇ ਗਾਈਜ਼ ਯਾਰ ਇਹ ਤਾਂ ਯਾਰ ਮੇਰੀ ਵੱਖੀ ਤਾਂ ਹੀ ਆਪਣੀ ਚੈੱਕ ਕਰੋ ਯਕੀਨ ਕਰੋ ਇਹ ਤਾਂ ਬੜੇ ਪਿਆਰਾ ਯਾਰ ਮੇਰਾ ਮੁਤਮਇਨ ਹੋ ਗਿਆ ਇੱਕ ਮਿੰਟ ਤੁਸੀਂ ਵੇਖ ਸਕਦੇ ਨਾ ਓਏ ਹੋਏ ਝਾਸ ਬਣਾ ਗਈ ਯਾਰ ਵਿੱਚੋਂ ਜਿਹੜਾ ਨਾ ਥੋੜ੍ਹਾ ਜਿਹਾ ਖਰਾਬਾ ਹੋਇਆ ਉਹਦੀ ਇਜਲੀ ਸਾਈਡ ਤੋਂ ਅਤੇ ਇਹਦੂ ਬਚ ਗਈ ਤਾਂ ਸ਼ਜਾਨ ਨੂੰ ਵੀ ਥੋੜ੍ਹਾ ਸਹਾਰਾ ਆਇਆ ਸ਼ਜਾਨ ਸਹਾਰਾ ਲਿਆ ਕੋਈ ਨਹੀਂ ਯਾਰ ਦਸ ਯਾਰ ਸ਼ੁਕਰ ਹੈ ਯਾਰ ਬਾਅਦ 'ਚ ਗਈ ਇੱਥੇ ਜਿਹੜਾ ਨਾ ਸੀਟਾ ਵੇਖੋ ਯਾਰ ਗਾਈਜ਼ ਕਿੱਡਾ ਜਿਹੜਾ ਉੱਤੀ ਜਿਹੜੀ ਖੈਰ ਹੋਵੇ ਇੱਥੇ ਚੰਗਾ ਭਲਾ ਸੀਟਾ ਯਾਰ ਸਿੱਟਾ ਇਹਦੇ ਵੱਖਰਾ ਅਤੇ ਇਹਦੋ ਜਿਹੜਾ ਪੱਠੇ ਜਿਹੜਾ ਨਾ ਉਹ ਗੱਡੇ ਹੋਏ ਹਾਂ ਅਤੇ ਇੱਥੋਂ ਜਿਹੜਾ ਬੇਲੀ ਸਾਡਾ ਉਹ ਪੱਠੇ ਵੜਦਾ ਹੋਇਆ ਹੁਣ ਮੈਂ ਤੁਹਾਨੂੰ ਖਾਵਣ ਜਾ ਰਿਹਾ ਪੱਠੇ ਇੱਥੇ ਗੱਡੇ ਹੋਏ ਹਾਂ ਅਤੇ ਇੱਥੇ ਜਿਹੜਾ ਨਾ ਉੱਤੇ ਯਾਰ ਕੀ ਉਹਨੂੰ ਅੱਧੇ ਯਾਰ ਉਹਦਾ ਨਾਮ ਹੈ ਬੋਲ ਗਿਆ ਸਰਿਓ ਹਾਂਜੀ ਸਰਿਓ ਕੱਟੀ ਹੋਈ ਹੈ ਅਤੇ ਇਹਦੇ ਵਿੱਚ ਹੀ ਗੱਡੇ ਹੋਏ ਪੱਠੇ ਤਾਂ ਬੈਠੇ ਹੋਗੇ ਮਾਸ਼ਾਅੱਲਾ ਵੱਡੇ ਸਾਰੇ ਅਤੇ ਬੇਲੀ ਮੇਰਾ ਆਇਆ ਉੱਥੇ ਉਹ ਜਿਹੜਾ ਨਾ ਪੱਠੇ ਬਾਹਰ ਬੈਠ ਕੇ ਢੇਰ ਲਾ ਦਿੱਤੇ ਅਤੇ ਹੁਣ ਉਹ ਮੇਰੇ ਖਿਆਲ ਹੋ ਗਿਆ ਹੋਇਆ ਪਰਲੀ ਸਾਈਡ 'ਤੇ ਮੇਰੇ ਖਿਆਲ ਇਨਵਾਇਰਮੈਂਟ ਖਰਾਬ ਕਰਨ ਗਿਆ ਹੋਇਆ ਕਿ ਨਹੀਂ ਅਤੇ ਇਹ ਚੈੱਕ ਕਰ ਸਕਦੇ ਹੋ ਗਾਈਜ਼ ਇਹ ਵੇਖੋ ਵਾਹ ਇਹ ਦੇਖੇ ਗਾਈਜ਼ ਮੱਝ ਆਪਨੇ ਕਦੀ ਮੱਝ ਦੇਖੀ ਹੈ ਇਹ ਵੇਖੋ ਯਾਰ ਯਾਰ ਕਿਹਦੇ ਗਈ ਖੜੀ ਤਾਂ ਨਹੀਂ ਗਈ ਇਹ ਵਧੀਆ ਓਏ ਹੋਏ ਹੋਏ ਬਿਊਟੀਫੁਲ ਅਮੇਜ਼ਿੰਗ
यार किसी को उल्टा नाम नहीं बुलाते, उसका सीधा नाम बुलाएं। काना बकरियां काफला मिले जेड़ा चिरा रहे हैं बकरियां, तो मैं आखा थोड़ा ना शेयर करा ना करा तो गल माड़ी, तो मैं आखा थोड़ा सब तो पहले वो शेयर करिए आज थोड़े ना शेयर कर दें। फिलहाल दूर है के दूर का आप सीन लै रहे थे, हूँ आप क्लोजअप का सीन लेने तो क्लोज करके उन्होंने विखाने। भाई मेरे चे कहते भाई का माल डंगर, भाई सुनाओ ठीक हो और राधी बाधी? चलो हूँ बकरियां वेख ली ज्यादा थे यह सूडी थोड़े सिर से इतने आज लगी हुई है ये हटा लो तो आज आप चेक करो ये जड़ा ना ये पठिया जड़ा ना पै गई है तो आज तुम देख सकते हो यार यार अच्छा जान चेक कर यार ये तो सरेआम पट्ठे चोरी हो रहे हैं। चेक करें बकरियां जड़ा रज रही बकरी ओ काल कड़ीची बकरियां तो काल कड़ीची बैठी वाओ 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 ओई दी आ गई वाह भाई वाह क्या खूबसूरत है यार है चेक कर ओ इस बकरी के उत्ते आग बग अरे तो मैं प्यारी बड़ी लगती यार है चेक एक बार मेरे तू डर कोड ना जावे नहीं उड़ती नहीं वेखी तो सही यार ऐसे सीन है ना चेक करो यार ये मुछा भी होंगे ना पूछा शहर तो चेक कर सकते दो मुछा जी वाह भाई फुल इंजॉय कर रही बकरियां एक दो एक वो दो काल कड़ीचियां कभी एक उड़ के दूई की पीठ से बह जाती कभी एक उड़ के सहरा कर दी ना वेखो यार शजान यार बोक सू लग गई इतने अज हाई भी साढ़ा दो मजा रोदा कोई नहीं तो शजान आख्या जेड़े ना दो इतने अमरूदा के बाग ने उत्थे अल्लाह बोली एक अमरूद मैं तोड़ दिया बाकी जेड़ा ना शजान अल्लाह बोल दिते अमरूद चेक कर सकते तू वाह वाह लमचू वाह गाइस ये तो कद बड़ा लम्मा है शजान यार बोझे तू पाल लें तो बेली ने तो सुला भी नहीं मारी है कच्चा जहा अमरूद है तुम वेख सकते गाइस केडी जाती यार उदे यार अमरूद यार चंगा बंदा यार ये भी कच्चा जहा तू बड़ी सियासत करना चल आ चलिए कि आंदे रमजान के बच्चे इतना फिट हो अगा भी एक चल आ माऊ बल्ला बोले सॉरी सॉरी गाइस हमने अमरूद तोड़ दी है मतलब गाइस हमने अमरूद पट ली है ते ओ वेखो शजान जांदा पे तो हुन जेड़ा ना असी आके अपनी बुआटी ते चढ़िए ते हुन थोड़ा जान ओ यार ओ शतू तेन ते ओ तोड़ लवी ओए शजान कि ओए शजान तू मेरे तो पहले हमला बोल लेता यार ऐ यार इने दस तो सही शतूत केडे मजे देन यार तो बहुत ए कोई एक अद्धा लाख खा यार ए हाथ तली दे उत्ते तू ते एक बारी मशीन ही अपनी जेड़ा ना ये देख गाइस ए काले खावण लायक हुंदे ते खट्टे रत्ते जणा थोड़े थोड़े खट्टे हुंदे ते शजान जेड़ा ना अपनी मशीन चला दीती खावण वाली ते ए जोड़ के खावण और रमजान है क्यों यार तू की यार रमजान है ना आ के रमजान है रोजा तो नहीं ना चेक करो गाइस एक मिनट चलो जा डली जी खाने यदी अपनी खूबसूरती तो मूँह सैड से कर थोड़ा जार नहीं वेख लो कि फाइनली हूँ मैं जरा घर मौजूद हाँ तो एक नुकसान हो गया ए चेक कर सकते तो ब्रेक जरा ना वो थोड़ी जी टुट गई कोई नहीं हूँ जरा ना अबू आ गए अपने मैं खाना ओह हो बुझे कि तेन ब्रेक बन दी मैं सारा जम अबू से सिर पाना नहीं गाइज मैं शुक्र कर रहा गल तुम मेरी यह सुनो कि यार लाइक शेयर सबसक्राइब किया यार मर्की देखे जाना पौधा तो यार चंगा बड़ा अल्लाह हाफिज़।